ਬਿਲਡਿੰਗ ਵਿਭਾਗ ਦੇ ਏਟੀਪੀ ਸੁਖਦੇਵ ਵਿਸ਼ਿਸ਼ਟ ਦੀ ਅਗਵਾਈ ਵਿੱਚ ਬਿਨਾਂ ਮਨਜ਼ੂਰੀ ਤੋਂ ਕੀਤੇ ਜਾ ਰਹੇ ਨਿਰਮਾਣ ਕਾਰਜਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਡਿਫੈਂਸ ਕਲੋਨੀ ਫੇਸ 3 ਵਿੱਚ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਉਸਾਰੀ ਨੂੰ ਤਾਲੇ ਲਗਾ ਕੇ ਸੀਲ ਕਰ ਦਿੱਤਾ ਗਿਆ। ਏਟੀਪੀ ਸੁਖਦੇਵ ਵਿਸ਼ਿਸ਼ਟ ਨੇ ਦੱਸਿਆ ਕਿ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਹੁਕਮਾਂ ਤੇ ਡਿਫੈਂਸ ਕਲੋਨੀ ਫੇਸ 3 ਵਿੱਚ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਕੀਤੀ ਜਾ ਰਹੀ ਕਮਰਸ਼ੀਅਲ ਉਸਾਰੀ ਅਧੀਨ 16 ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ। ਏਟੀਪੀ ਨੇ ਕਿਹਾ ਹੈ ਕਿ ਇਸ ਨਿਰਮਾਣ ਕਾਰਜਾਂ ਨੂੰ ਤਾਲਿਆਂ ਨਾਲ ਸੀਲ ਕੀਤਾ ਗਿਆ ਸੀ ਕਿਉਂਕਿ ਉੱਥੇ ਕੋਈ ਦਰਵਾਜ਼ਾ ਨਹੀਂ ਸੀ। ਇਹ ਸਾਰੀ ਕਾਰਵਾਈ ਨਿਗਮ ਕਮਿਸ਼ਨਰ ਗੌਤਮ ਜੈਨ ਦੇ ਹੁਕਮਾਂ ਤੇ ਕੀਤੀ ਗਈ ਹੈ। ਜਲੰਧਰ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਅਜੇ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਹਾਂਜੀ ਬਾਈ ਜੀ, ਅੱਜ ਸੀਲਿੰਗ ਸੂਲਿੰਗ ਕੀਤੀ ਹੈ, ਕਿਹੜੇ ਕਿਹੜੇ ਏਰੀਆ 'ਚ ਕੀਤੀ ਹੈ ਅਤੇ ਕਿੰਨੀਆਂ ਦੁਕਾਨਾਂ ਵਗੈਰਾ ਸੀਲ ਕੀਤੀਆਂ ਵਾ? ਨਿਊ ਡਿਫੈਂਸ ਕਲੋਨੀ ਫੇਸ 3 ਦੇ ਵਿੱਚ ਇੱਕ 83 ਨਕਸ਼ਾ ਪਾਸ ਹੋਇਆ ਸੀ, ਉਹਨੂੰ ਉਹਨਾਂ ਨੇ ਕੁਛ ਕਨਵਰਟ ਕਰ ਰਹੇ ਸੀ। ਗਰਾਊਂਡ ਫਲੋਰ 'ਤੇ ਸਲੈਬ ਪੂਰੇ ਏਰੀਏ ਵਿੱਚ 100% ਕਵਰੇਜ ਕਰਕੇ ਕਰ ਲਈ ਸੀ ਅਤੇ ਪਹਿਲੀ ਮੰਜ਼ਿਲ 'ਤੇ ਇੰਟਰਨਲ ਡਿਵੀਜ਼ਨ ਕਰਕੇ 8 ਦੇ ਕਰੀਬ ਦੋ ਸਾਈਡ ਤੋਂ ਇੱਦਾਂ ਲੱਗਦਾ ਜਿੱਦਾਂ ਦੁਕਾਨਾਂ ਬਣਾ ਰਹੇ ਹੋ। ਥੱਲੇ ਵੀ ਉਹਨਾਂ ਨੇ ਨੀਂਹ ਪੱਟੀ ਹੋਈ ਸੀ ਅਤੇ ਉਹਨੂੰ ਸ਼ਾਇਦ ਦੁਕਾਨਾਂ ਦੀ ਵੀ ਰੂਪ ਦੇ ਰਹੇ ਸੀ, ਇਸ ਤਰੀਕੇ 8 ਥੱਲੇ ਅਤੇ 8 ਉੱਪਰ ਇਸ ਤਰੀਕੇ ਨਾਲ ਲੱਗਦਾ ਸੀ। ਪਰ ਕੰਮ ਬੰਦ ਨਹੀਂ ਹੋ ਰਿਹਾ ਸੀ ਸਾਡੇ ਕੋਲ ਏਰੀਆ ਆਉਣ ਤੋਂ ਬਾਅਦ ਫਿਰ ਤੁਸੀਂ ਸਾਹਿਬ ਦੇ ਧਿਆਨ ਵਿੱਚ ਆਇਆ ਸੀ ਅਤੇ ਰਿਪੋਰਟ ਵਗੈਰਾ ਸਬਮਿਟ ਹੋਈ ਸੀ ਅਤੇ ਮਾਨਯੋਗ ਕਵਿੰਦਰ ਸਾਹਿਬ ਦੇ ਹੁਕਮ ਹੋਏ ਸੀ ਇਹਨੂੰ ਸੀਲ ਕਰਨ ਦੇ ਅਤੇ ਕਿਉਂਕਿ ਇੱਥੇ ਦਰਵਾਜ਼ੇ ਵਗੈਰਾ ਨਹੀਂ ਲੱਗੇ ਸੀ ਤਾਂ ਕੱਢਿਆ ਵੀ ਤਾਰ ਲਾ ਕੇ ਸੀ ਉਹਨੂੰ ਮੌਕੇ 'ਤੇ ਉਹਨੇ ਜਿਹੜੀ ਓਪਨਿੰਗ ਸੀ ਉਹਨੂੰ ਸੀਲ ਕਰਕੇ ਅਤੇ ਉੱਥੇ ਲੈ ਦਿੱਤੀ। ਇਸ ਤੋਂ ਇਲਾਵਾ ਕੋਈ ਹੋਰ ਕਾਰਵਾਈ ਵਗੈਰਾ ਨਹੀਂ ਹੋਈ।